ਇੱਕ ਉਮੀਦਵਾਰ ਫਾਰਮ ਭਰਨ ਜਾ ਰਿਹਾ ਹੈ ਤਾਂ ਉਸਦੇ ਫਾਰਮ ਜਿਹੜਾ ਦੂਜੇ ਉਮੀਦਵਾਰ ਨੇ ਜਿਹੜੇ ਵਿਰੋਧੀ ਉਮੀਦਵਾਰ ਨੇ ਉਸ ਵੱਲੋਂ ਪਾੜੇ ਜਾਂਦੇ ਨੇ, ਇਸ ਮਸਲੇ ਨੂੰ ਲੈ ਕੇ ਉਹਨਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਖੋਖ ਪਿੰਡ ਬਲਾਕ ਨਾਭਾ ਦਾ ਮਸਲਾ ਹੈ, ਉੱਥੇ ਸਰਪੰਚੀ ਦੇ ਸਿਰਫ ਦੋ ਹੀ ਉਮੀਦਵਾਰ ਹਨ, ਇੱਕ ਅਮਰਿੰਦਰ ਸਿੰਘ ਜੀ ਜੋ ਕਿ ਮੇਰੇ ਕਲਾਇੰਟ ਕੁਲਦੀਪ ਸਿੰਘ ਜਿਹੜੇ ਕਿ ਦੂਜੇ ਕੈਂਡੀਡੇਟ ਸੀਗੇ ਸਰਪੰਚੀ ਲਈ, ਉਹਨਾਂ ਦੇ ਦੱਸਣ ਮੁਤਾਬਕ ਰੂਲਿੰਗ ਪਾਰਟੀ ਦੇ ਨਾਲ ਉਹਨਾਂ ਦੇ ਕਾਫੀ ਜ਼ਿਆਦਾ ਨੇੜਤਾ ਹੈ ਦੂਜੇ ਬੰਦੇ ਦੀ। ਕੁਲਦੀਪ ਸਿੰਘ ਜੀ ਆਪਣੇ ਸਪੋਰਟਰਾਂ ਸਮੇਤ ਕਾਗਜ਼ ਭਰਨ ਗਏ ਤਾਂ ਅੰਦਰੋਂ ਅਮਰਿੰਦਰ ਸਿੰਘ ਜੀ ਆਪਣੇ ਸਪੋਰਟਰਾਂ ਸਮੇਤ ਕਾਗਜ਼ ਭਰ ਕੇ ਵਾਪਸ ਆ ਰਹੇ ਸੀ। ਉਹਨਾਂ ਨੇ ਆਉਂਦੇ ਸਾਰ ਹੀ ਇਹਨਾਂ ਦੇ ਨਾਲ ਸਕਫਲ ਕੀਤੀ ਅਤੇ ਇਹਨਾਂ ਦੇ ਨੋਮੀਨੇਸ਼ਨ ਪੇਪਰ ਪਾੜ ਦਿੱਤੇ। ਪਹਿਲਾਂ ਤਾਂ ਕੁਲਦੀਪ ਸਿੰਘ ਜੀ ਆਪਣੇ ਨੋਮੀਨੇਸ਼ਨ ਪੇਪਰ 'ਤੇ ਆਪਣੀ ਜਾਨ ਨੂੰ ਬਚਾਉਣ ਦੇ ਲਈ ਭੱਜੇ। ਇਹਨਾਂ ਦੀ ਵੀਡੀਓ ਜੋ ਹੈ ਉੱਥੋਂ ਦੇ ਲੋਕਲ CCTV ਦੇ ਵਿੱਚ ਵੀ ਕੈਦ ਹੋ ਗਈ ਹੈ, ਜੋ ਮੈਨੂੰ ਮੇਰੇ ਕਲਾਇੰਟ ਨੇ ਦਿਖਾਇਆ ਹੈ, ਕਿਉਂਕਿ ਉਸ ਟਾਈਮ ਬਿਲਕੁਲ ਟਾਈਮ ਨਹੀਂ ਸੀਗਾ ਵੀ ਕੋਈ ਨੋਮੀਨੇਸ਼ਨ ਪੇਪਰ ਤਿਆਰ ਕੀਤੇ ਜਾਣ। ਪਰ ਪਾੜੇ ਹੋਏ ਪੇਪਰ ਪੂਰੇ ਕੰਪਲੀਟ ਸੀ, ਆਲਦੋ ਉਹਨਾਂ ਦੇ ਵਿੱਚੋਂ NOC ਦੀ ਸਲਿੱਪ ਜੋ ਕੱਢ ਕੇ ਓਪੋਨੈਂਟ ਗਰੁੱਪ ਕੁਲਦੀਪ ਸਿੰਘ ਜੀ ਦੇ ਦੱਸਣ ਮੁਤਾਬਕ ਲੈ ਗਿਆ ਸੀਗਾ, ਬਟ ਇਹਨਾਂ ਕੋਲ ਫਿਰ ਵੀ ਫੋਟੋਸਟੇਟ ਕਾਪੀ ਸੀ, ਉਸ NOC ਦਾ ਰਿਕਾਰਡ ਉਹਨਾਂ ਕੋਲ ਵੀ ਸੀ, RO ਕੋਲ ਵੀ ਸੀਗਾ, ਬਟ RO ਨੇ ਕੋਈ ਵੀ ਇੰਟਰਫੀਰੈਂਸ ਕਰਨ ਤੋਂ ਮਨਾ ਕਰ ਦਿੱਤਾ ਵੀ ਕੁਲਦੀਪ ਸਿੰਘ ਜੀ ਦੇ ਕਾਗਜ਼ ਫੜੇ ਨਹੀਂ ਗਏ, ਵੀ ਇੱਕ ਹੀ ਬੰਦੇ ਨੂੰ ਕਾਗਜ਼ ਭਰਨ ਦਿੱਤੇ ਗਏ ਨੇ, ਦੂਜੇ ਬੰਦੇ ਨੂੰ ਕਾਗਜ਼ ਭਰਨ ਨਹੀਂ ਦਿੱਤੇ ਗਏ, ਸਿਰਫ ਦੋ ਕੈਂਡੀਡੇਟ ਸੀਗੇ। ਅੱਜ ਹਾਈਕੋਰਟ ਵੱਲੋਂ ਕੀ ਦਿਸ਼ਾ ਨਿਰਦੇਸ਼ ਜਾਰੀ ਹੋਏ ਨੇ? ਮਾਨਯੋਗ ਹਾਈਕੋਰਟ ਨੇ ਆਰਡਰ ਕੀਤੇ ਨੇ ਵੀ ਜੇ ਕਾਨੂੰਨ ਮੁਤਾਬਕ ਇਹ ਪੋਸੀਬਲ ਹੈ ਤਾਂ ਜੋ ਕੰਸਰਨਡ SHO ਹੈ ਉਹ ਇਹ ਗੱਲ ਨੂੰ ਇਨਸ਼ੋਰ ਕਰੂਗਾ ਵੀ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਤਕਲੀਫ ਨਾ ਆਵੇ ਅਤੇ ਇਹਨਾਂ ਦੇ ਨੋਮੀਨੇਸ਼ਨ ਪੇਪਰ ਫਾਈਲ ਕਰ ਦਿੱਤੇ ਜਾਣ। ਇੱਥੇ ਬਹੁਤ ਸਾਰੀਆਂ ਪ੍ਰਵਾਸੀ ਭਾਰਤੀਆਂ ਦੀਆਂ, ਯਾਨੀ ਕਿ ਜੋ ਪੰਜਾਬ ਤੋਂ ਬਾਹਰਲੇ ਹਨ, ਉਹਨਾਂ ਦੀਆਂ ਬਹੁਤ ਸਾਰੀਆਂ ਵੋਟਾਂ ਬਣਾ ਦਿੱਤੀਆਂ ਸੀ ਜਿਹੜੇ ਕਿ ਪਿੰਡ ਦੇ ਰੈਜੀਡੈਂਟ ਵੀ ਨਹੀਂ ਹਨ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ TV ਤੇ ਮਹਾਂ ਸੁਰਖਾਬ। ਦੋਸਤੋ, ਜਦੋਂ ਤੋਂ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਉਦੋਂ ਬਾਅਦ ਲਗਾਤਾਰ ਕਈ ਤਰ੍ਹਾਂ ਦੇ ਵਿਵਾਦ ਪੰਚਾਇਤੀ ਚੋਣਾਂ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਨੇ। ਬਹੁਤ ਸਾਰੀਆਂ ਪਟੀਸ਼ਨਾਂ, ਬਹੁਤ ਸਾਰੇ ਮਾਮਲੇ ਹਾਈਕੋਰਟ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ। ਹਾਲਾਂਕਿ ਬੀਤੇ ਦਿਨੀ ਪੰਚਾਇਤੀ ਚੋਣਾਂ ਦੀਆਂ ਬਹੁਤ ਸਾਰੀਆਂ ਪਟੀਸ਼ਨਾਂ, ਸੈਂਕੜ ਤੱਕ ਦੀਆਂ ਪਟੀਸ਼ਨਾਂ ਹਾਈਕੋਰਟ ਨੇ ਖਾਰਜ ਵੀ ਕੀਤੀਆਂ, ਰਾਹ ਪੱਧਰਾ ਵੀ ਕੀਤਾ, ਪਰ ਤਮਾਮ ਅਜਿਹੇ ਮਾਮਲੇ ਜਿਹੜਾ ਕਿ ਆ ਜਾਂ ਅਜਿਹੀਆਂ ਕੜੀਆਂ ਨੇ ਉਹ ਪੰਚਾਇਤੀ ਚੋਣਾਂ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਨੇ, ਜਿਨ੍ਹਾਂ ਵਿੱਚ ਧੱਕੇਸ਼ਾਹੀ ਦਾ ਜ਼ਿਕਰ ਹੁੰਦਾ ਨਜ਼ਰ ਆ ਰਿਹਾ। ਮੇਰੇ ਨਾਲ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਮਨੀਸ਼ ਸਿੰਗਲਾ ਨੇ ਇੱਕ ਨਵਾਂ ਮਾਮਲਾ ਲੈ ਕੇ ਆਏ ਸੀ ਕਿ ਇੱਕ ਉਮੀਦਵਾਰ ਫਾਰਮ ਭਰਨ ਜਾ ਰਿਹਾ ਹੈ ਤਾਂ ਉਸਦੇ ਫਾਰਮ ਜਿਹੜਾ ਦੂਜੇ ਉਮੀਦਵਾਰ ਨੇ ਜਿਹੜੇ ਵਿਰੋਧੀ ਉਮੀਦਵਾਰ ਨੇ ਉਸ ਵੱਲੋਂ ਪਾੜੇ ਜਾਂਦੇ ਨੇ, ਇਸ ਮਸਲੇ ਨੂੰ ਲੈ ਕੇ ਉਹਨਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸਿੰਗਲਾ ਸਾਹਿਬ, ਪਹਿਲਾਂ ਤਾਂ ਮਸਲਾ ਜਾਣਨਾ ਚਾਹਾਂਗੇ, ਕਿਹੜੇ ਪਿੰਡ ਦਾ ਮਸਲਾ ਆ, ਕਿਵੇਂ ਪੂਰੀ ਘਟਨਾਕ੍ਰਮ ਵਾਪਰਦਾ ਆ? ਇਹ ਜੀ ਖੋਖ ਪਿੰਡ ਬਲਾਕ ਨਾਭਾ ਦਾ ਮਸਲਾ ਹੈ, ਉੱਥੇ ਸਰਪੰਚੀ ਦੇ ਸਿਰਫ ਦੋ ਹੀ ਉਮੀਦਵਾਰ ਹਨ, ਇੱਕ ਅਮਰਿੰਦਰ ਸਿੰਘ ਜੀ ਜੋ ਕਿ ਮੇਰੇ ਕਲਾਇੰਟ ਕੁਲਦੀਪ ਸਿੰਘ ਜਿਹੜੇ ਕਿ ਦੂਜੇ ਕੈਂਡੀਡੇਟ ਸੀਗੇ ਸਰਪੰਚੀ ਲਈ, ਉਹਨਾਂ ਦੇ ਦੱਸਣ ਮੁਤਾਬਕ ਰੂਲਿੰਗ ਪਾਰਟੀ ਦੇ ਨਾਲ ਉਹਨਾਂ ਦੇ ਕਾਫੀ ਜ਼ਿਆਦਾ ਨੇੜਤਾ ਹੈ ਦੂਜੇ ਬੰਦੇ ਦੀ। ਤਾਂ ਕੱਲ੍ਹ ਜਦੋਂ ਤਕਰੀਬਨ 2:40 ਤੋਂ ਬਾਅਦ ਇਹ ਕੁਲਦੀਪ ਸਿੰਘ ਜੀ ਆਪਣੇ ਸਪੋਰਟਰਾਂ ਸਮੇਤ ਕਾਗਜ਼ ਭਰਨ ਗਏ ਤਾਂ ਅੰਦਰੋਂ ਅਮਰਿੰਦਰ ਸਿੰਘ ਜੀ ਆਪਣੇ ਸਪੋਰਟਰਾਂ ਸਮੇਤ ਕਾਗਜ਼ ਭਰ ਕੇ ਵਾਪਸ ਆ ਰਹੇ ਸੀ। ਉਹਨਾਂ ਨੇ ਆਉਂਦੇ ਸਾਰ ਹੀ ਇਹਨਾਂ ਦੇ ਨਾਲ ਸਕਫਲ ਕੀਤੀ ਅਤੇ ਇਹਨਾਂ ਦੇ ਨੋਮੀਨੇਸ਼ਨ ਪੇਪਰ ਪਾੜ ਦਿੱਤੇ। ਤਕਰੀਬਨ ਉਸ ਟਾਈਮ 2:50-48 ਹੋ ਚੁੱਕੇ ਸੀ। ਇਹ ਪਹਿਲਾਂ ਤਾਂ ਕੁਲਦੀਪ ਸਿੰਘ ਜੀ ਆਪਣੇ ਨੋਮੀਨੇਸ਼ਨ ਪੇਪਰ 'ਤੇ ਆਪਣੀ ਜਾਨ ਨੂੰ ਬਚਾਉਣ ਦੇ ਲਈ ਭੱਜੇ। ਇਹਨਾਂ ਦੀ ਵੀਡੀਓ ਜੋ ਹੈ ਉੱਥੋਂ ਦੇ ਲੋਕਲ CCTV ਦੇ ਵਿੱਚ ਵੀ ਕੈਦ ਹੋ ਗਈ ਹੈ, ਜੋ ਮੈਨੂੰ ਮੇਰੇ ਕਲਾਇੰਟ ਨੇ ਦਿਖਾਇਆ ਹੈ। ਦਰਫਟਰ ਇਹ RO ਕੋਲੇ ਗਏ ਵੀ ਜਨਾਬ 3 ਵਾਲੇ ਨੇ ਮੇਰੇ ਨੋਮੀਨੇਸ਼ਨ ਪੇਪਰ ਬਾਹਰ ਪਾੜ ਦਿੱਤੇ ਨੇ, ਤੁਸੀਂ ਮੈਨੂੰ NOC ਵਗੈਰਾ ਜਾਰੀ ਕੀਤੀ ਹੈ, ਆ ਮੇਰੇ ਨੋਮੀਨੇਸ਼ਨ ਪੇਪਰ ਅਸੈਪਟ ਕਰ ਲੈਣਾ। ਫਟੇ ਹੋਏ ਜਿਹੜੇ ਤੁਸੀਂ ਕਹਿੰਦੇ ਹੋ ਪਾੜੇ ਹੋਏ ਪੇਪਰ ਲੈ ਕੇ ਹੀ ਕੁਲਦੀਪ ਸਿੰਘ
ਆਰਓ ਕੋਲ ਪਹੁੰਚੇ ਨੇ? ਬਿਲਕੁਲ ਜੀ, ਕਿਉਂਕਿ ਉਸ ਟਾਈਮ ਬਿਲਕੁਲ ਟਾਈਮ ਨਹੀਂ ਸੀਗਾ ਵੀ ਕੋਈ ਨੋਮੀਨੇਸ਼ਨ ਪੇਪਰ ਤਿਆਰ ਕੀਤੇ ਜਾਣ, ਪਰ ਪਾੜੇ ਹੋਏ ਪੇਪਰ ਪੂਰੇ ਕੰਪਲੀਟ ਸੀ, ਆਲਦੋ ਉਹਨਾਂ ਦੇ ਵਿੱਚੋਂ ਐਨਓਸੀ ਦੀ ਸਲਿੱਪ ਜੋ ਕੱਢ ਕੇ ਓਪੋਨੈਂਟ ਗਰੁੱਪ ਕੁਲਦੀਪ ਸਿੰਘ ਜੀ ਦੇ ਦੱਸਣ ਮੁਤਾਬਕ ਲੈ ਗਿਆ ਸੀਗਾ, ਬਟ ਇਹਨਾਂ ਕੋਲੇ ਫਿਰ ਵੀ ਫੋਟੋਸਟੇਟ ਕਾਪੀ ਸੀ, ਉਸ ਐਨਓਸੀ ਦਾ ਰਿਕਾਰਡ ਉਹਨਾਂ ਕੋਲੇ ਵੀ ਸੀ, ਆਰਓ ਕੋਲੇ ਵੀ ਸੀਗਾ, ਬਟ ਆਰਓ ਨੇ ਕੋਈ ਵੀ ਇੰਟਰਫੀਰੈਂਸ ਕਰਨ ਤੋਂ ਮਨਾ ਕਰ ਦਿੱਤਾ। ਨਾਲ ਦੀ ਨਾਲ ਹੀ ਕੁਲਦੀਪ ਸਿੰਘ ਜੀ ਆਪਣੇ ਸਪੋਰਟਰਾਂ ਸਮੇਤ ਜੋ ਉੱਥੋਂ ਦੇ ਕੰਸਰਨਡ ਇਲੈਕਟੋਰਲ ਰਜਿਸਟ੍ਰੇਸ਼ਨ ਆਫੀਸਰ ਮਾਨਯੋਗ SDM ਸਾਹਿਬ ਨਾਭਾ ਹਨ ਉਹਨਾਂ ਕੋਲੇ ਗਏ, ਪਰ ਉਹਨਾਂ ਨੇ ਵੀ ਇਹਨਾਂ ਦੇ ਦੱਸਣ ਦੇ ਮੁਤਾਬਕ ਕੋਈ ਵੀ ਇੰਟਰਫੀਰੈਂਸ ਨਹੀਂ ਕੀਤੀ ਹੈ। ਅਲਟੀਮੇਟਲੀ ਗੱਲ ਇਹ ਹੋਈ ਜੋ ਦੱਸੀ ਹੈ ਫਾਈਨਲੀ ਦੇ ਵਿੱਚ ਵੀ ਕੁਲਦੀਪ ਸਿੰਘ ਜੀ ਦੇ ਕਾਗਜ਼ ਫੜੇ ਨਹੀਂ ਗਏ। ਅਮਰਿੰਦਰ ਸਿੰਘ ਜਿਹਨੂੰ ਕਿ ਪਹਿਲਾਂ NOC ਦੇ ਰਿਗਾਰਡਿੰਗਲੀ ਓਬਜੈਕਸ਼ਨ ਲੱਗਿਆ ਹੋਇਆ ਵੀ ਉਹਨਾਂ ਦਾ ਸ਼ਾਮਲਾ ਜ਼ਮੀਨ ਤੇ ਕਬਜ਼ਾ ਹੈ, ਜਿਹਦਾ ਨਾਮ ਵੀ ਵੈਬਸਾਈਟ ਤੇ ਜੋ ਕੁਲਦੀਪ ਸਿੰਘ ਜੀ ਨੇ ਮੈਨੂੰ ਮੁਹੱਈਆ ਕਰਾਈ ਹੈ ਅਪਲੋਡ ਕੀਤਾ ਹੋਇਆ ਹੈਗਾ, ਉਹਨਾਂ ਦੇ ਨੋਮੀਨੇਸ਼ਨ ਫੜ ਲਏ ਗਏ। ਤਾਂ ਅਲਟੀਮੇਟਲੀ ਇਹ ਟੋਟਲ ਨਟਸ਼ਲ ਮਸਲਾ ਸੀਗਾ ਵੀ ਇੱਕ ਹੀ ਬੰਦੇ ਨੂੰ ਕਾਗਜ਼ ਭਰਨ ਦਿੱਤੇ ਗਏ ਨੇ, ਦੂਜੇ ਬੰਦੇ ਨੂੰ ਕਾਗਜ਼ ਭਰਨ ਨਹੀਂ ਦਿੱਤੇ ਗਏ, ਸਿਰਫ ਦੋ ਕੈਂਡੀਡੇਟ ਸੀਗੇ। ਇਸ ਮਸਲੇ ਨੂੰ ਲੈ ਕੇ ਤੁਸੀਂ ਹਾਈਕੋਰਟ ਪਹੁੰਚਦੇ ਹੋ, ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋ, ਅੱਜ ਹਾਈਕੋਰਟ ਵੱਲੋਂ ਕੀ ਦਿਸ਼ਾ ਨਿਰਦੇਸ਼ ਜਾਰੀ ਹੋਏ ਨੇ? ਪਹਿਲਾਂ ਤਾਂ ਜੀ ਅੱਜ ਦੇ ਦਿਨ ਹਾਈਕੋਰਟ ਜੋ ਹੈ ਮਾਨਯੋਗ ਹਾਈਕੋਰਟ ਕੋਈ ਵਰਕਿੰਗ ਨਹੀਂ ਸੀਗੀ, ਇਸ ਦੇ ਲਈ ਉਹਨਾਂ ਨੇ ਅੱਜ ਅਸੀਂ ਕੇਸ ਸਵੇਰੇ ਤਿਆਰ ਕੀਤਾ, ਕੇਸ ਤਿਆਰ ਕਰਕੇ ਆ ਕੇ ਅਸੀਂ ਰਿਕੁਐਸਟ ਕੀਤੀ ਫਿਕਸ ਟੂਡੇ ਕਰਨ ਦੇ ਲਈ, ਮਾਨਯੋਗ ਹਾਈਕੋਰਟ ਨੇ ਸਾਡੀ ਰਿਕੁਐਸਟ ਨੂੰ ਮੰਨਦੇ ਹੋਏ ਇਹ ਕੇਸ ਅੱਜ ਫਿਕਸ ਟੂਡੇ ਕੀਤਾ, ਸਪੈਸ਼ਲੀ ਇਹ ਕੇਸ ਸੁਣਿਆ ਗਿਆ। ਤਾਂ ਇਹ ਕੇਸ ਸੁਣਨ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਆਰਡਰ ਕੀਤੇ ਨੇ ਵੀ ਜੇ ਕਾਨੂੰਨ ਮੁਤਾਬਕ ਇਹ ਪੋਸੀਬਲ ਹੈ ਤਾਂ ਜੋ ਕੰਸਰਨਡ SHO ਹੈ ਉਹ ਇਹ ਗੱਲ ਨੂੰ ਇਨਸ਼ੋਰ ਕਰੂਗਾ ਵੀ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਤਕਲੀਫ ਨਾ ਆਵੇ ਤੇ ਇਹਨਾਂ ਦੇ ਨੋਮੀਨੇਸ਼ਨ ਪੇਪਰ ਫਾਈਲ ਕਰ ਦਿੱਤੇ ਜਾਣ। ਤੁਸੀਂ ਕਹਿ ਰਹੇ ਹੋ ਵੀ ਹਾਈਕੋਰਟ ਨੇ ਜਿਹੜਾ SHO ਆ ਖੋਖ ਪਿੰਡ ਦਾ ਜਿਹੜੀ SHO ਲੱਗਦੇ ਨੇ ਜਿਹੜੇ ਅੰਡਰ ਆਉਂਦਾ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਇਹਨਾਂ ਦੇ ਇਸ ਪ੍ਰੋਸੀਜਰ ਨੂੰ ਕੰਪਲੀਟ ਕਰਵਾਇਆ ਜਾਵੇ। ਹਾਂਜੀ, ਕਾਨੂੰਨ ਮੁਤਾਬਕ ਪਰਮਿਸੀਬਲ ਹੈ। ਤਾਂ ਸਾਡਾ ਕਹਿਣਾ ਹੁਣ ਇਹ ਹੈ ਵੀ ਮਾਨਯੋਗ ਹਾਈਕੋਰਟ ਨੇ ਕੱਲ ਵੀ ਕੁਝ ਆਰਡਰ ਕੀਤੇ ਸਨ ਜਿਨ੍ਹਾਂ ਦੀ ਕਾਪੀ 4:05 ਤੇ ਮੁਹੱਈਆ ਹੋਈ ਸੀ, ਜਿਵੇਂ ਫਾਰ ਐਗਜ਼ਾਮਪਲ ਇੱਕ ਪਿੰਡ ਮੈਦੇਵਾਸ ਹੈ, ਜ਼ਿਲ੍ਹਾ ਸੰਗਰੂਰ ਦੇ ਵਿੱਚ ਬਲਾਕ ਸਨਾਮ ਹੈ, ਉਸ ਦੇ ਕਾਗਜ਼ ਵੀ ਰਾਤ ਨੂੰ ਤਕਰੀਬਨ 8 ਭਰੇ ਗਏ ਸਨ। ਜੇ ਟਾਈਮ ਨੋਮੀਨੇਸ਼ਨ ਪੇਪਰ ਭਰਨ ਦਾ 4:03 ਤੱਕ ਹੈ ਤਾਂ ਜੇ ਮੈਦੇਵਾਸ ਪਿੰਡ ਦੇ ਕਾਗਜ਼ ਭਰੇ ਜਾ ਸਕਦੇ ਹਨ ਤਾਂ ਇਸ ਪਿੰਡ ਦੇ ਕਾਗਜ਼ ਕਿਉਂ ਨਹੀਂ ਭਰੇ ਜਾ ਸਕਦੇ? ਨੰਬਰ 1 ਗੱਲ। ਨੰਬਰ 2, ਜੋ ਅਸੀਂ ਸਮਝਦੇ ਹਾਂ ਬਾਕੀ ਜੋ ਕਰਨਾ ਅਥਾਰਟੀਜ਼ ਨੇ ਕਰਨਾ ਹੈ, ਆਰਓ ਸਾਹਿਬ ਨੂੰ ਚਾਹੀਦਾ ਹੈ ਵੀ ਇਹਨਾਂ ਦੇ ਨੋਮੀਨੇਸ਼ਨ ਪੇਪਰ ਫੜਨ ਜ਼ਰੂਰ, ਫਿਰ ਜਦੋਂ ਸਕਰੂਟਨੀ ਆਫ ਨੋਮੀਨੇਸ਼ਨ ਪੇਪਰ ਹੋਣੀ ਹੈ ਉਹਦੇ ਵਿੱਚ ਜੋ ਵੀ ਕੋਈ ਉਹਨਾਂ ਨੂੰ ਵਾਜਬ ਕਾਰਨ ਲੱਗੇ ਉਹਦੇ ਲਈ ਉਹ ਓਬਜੈਕਸ਼ਨ ਲਗਵਾ ਸਕਦੇ ਹਨ, ਪਰ ਨੋਮੀਨੇਸ਼ਨ ਪੇਪਰ ਵਿਦ ਡਿਊ ਰਿਸਪੈਕਟ ਇਹਨਾਂ ਨੂੰ ਫੜਨੇ ਜ਼ਰੂਰ ਚਾਹੀਦੇ ਹਨ। ਕੁਛ ਵੀ ਉਹ ਓਬਜੈਕਸ਼ਨ ਲਗਾਉਣ, ਰਿਜੈਕਟ ਕਰਨ, ਅਸੈਪਟ ਕਰਨ, ਉਹ ਉਹਨਾਂ ਦੀ ਮਰਜ਼ੀ ਹੈ, ਕਿਉਂਕਿ ਮਾਨਯੋਗ ਇਲੈਕਸ਼ਨ ਕਮਿਸ਼ਨਰ ਕੋਲੇ ਬਹੁਤ ਪਾਵਰਾਂ ਨੇ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਹ ਇਲੈਕਸ਼ਨ ਪੋਸਟਪੋਨ ਵੀ ਕਰ ਸਕਦੇ ਹਨ, ਇਲੈਕਸ਼ਨ ਕੈਂਸਲ ਵੀ ਕਰ ਸਕਦੇ ਹਨ, ਨਵੀਆਂ ਡੇਟਾਂ ਵੀ ਅਨਾਊਂਸ ਕਰ ਸਕਦੇ ਹਨ, ਨੋਮੀਨੇਸ਼ਨ ਪੇਪਰ ਫਾਈਲ ਕਰਨ ਦੀ ਡੇਟ ਵੀ ਐਕਸਟੈਂਡ ਕਰ ਸਕਦੇ ਹਨ। ਕੱਲ ਵੀ ਇਹਨਾਂ ਕੋਲੇ ਮਾਨਯੋਗ ਸਟੇਟ ਇਲੈਕਸ਼ਨ ਕਮਿਸ਼ਨ ਕੋਲੇ ਇੱਕ ਬਹੁਤ ਵੱਡੀ ਰੀਪ੍ਰੈਜੈਂਟੇਸ਼ਨ ਆਈ ਹੈ ਵੀ ਜੀ ਨੋਮੀਨੇਸ਼ਨ ਪੇਪਰ ਫਾਈਲ ਕਰਨ ਦੀ ਡੇਟ ਜੋ ਹੈ ਐਕਸਟੈਂਡ ਕੀਤੀ ਜਾਵੇ, ਕਿਉਂਕਿ ਪੂਰੇ ਪੰਜਾਬ ਦੇ ਵਿੱਚ ਇਹ ਮਸਲੇ ਆ ਰਹੇ ਹਨ, ਲੋਕਾਂ ਨੂੰ ਨੋਮੀਨੇਸ਼ਨ ਪੇਪਰ ਫਾਈਲ ਕਰਨ ਨਹੀਂ ਦਿੱਤੇ ਜਾ ਰਹੇ ਹਨ। ਇੱਕ ਅੱਜ ਵੀ ਹੋਰ ਮਸਲਾ ਜੋ ਸੁਣਨ ਦੇ ਵਿੱਚ ਆਇਆ ਹੈ ਵੀ ਜਗਤਪੁਰਾ ਪਿੰਡ ਦਾ ਮਸਲਾ ਆਇਆ ਹੈ ਜਿੱਥੇ ਕਿ ਇੱਕ ਕਲੋਨੀ ਦੀਆਂ ਵੋਟਾਂ ਜਿਹੜੇ ਕਿ ਉੱਥੋਂ ਦੇ ਰਹਿਣ ਵਾਲੇ ਹੀ ਨਹੀਂ ਸਨ, ਸੱਚ ਹੈ ਕਿ ਝੂਠ ਹਾਲੇ ਮੈਨੇ ਵੈਰੀਫਾਈ ਕਰਨਾ, ਬਟ ਇਹ ਖਬਰਾਂ ਬਹੁਤ ਥਾਵਾਂ ਤੋਂ ਆ ਰਹੀਆਂ ਹਨ, ਮੀਡੀਆ ਵਿੱਚ ਵੀ ਆ ਰਹੀਆਂ ਹਨ ਵੀ ਉੱਥੇ ਬਹੁਤ ਸਾਰੀਆਂ ਪ੍ਰਵਾਸੀ ਭਾਰਤੀਆਂ ਦੀਆਂ, ਯਾਨੀ ਕਿ ਜੋ ਪੰਜਾਬ ਤੋਂ ਬਾਹਰਲੇ ਹਨ ਉਹਨਾਂ ਦੀਆਂ ਬਹੁਤ ਸਾਰੀਆਂ ਵੋਟਾਂ ਬਣਾ ਦਿੱਤੀਆਂ ਸੀ ਜਿਹੜੇ ਕਿ ਪਿੰਡ ਦੇ ਰੈਜੀਡੈਂਟ ਵੀ ਨਹੀਂ ਹਨ। ਸੁਣਨ ਦੇ ਵਿੱਚ ਇਹ ਵੀ ਆਇਆ ਹੈ, ਹਾਲੇ ਕੋਈ ਨੋਟੀਫਿਕੇਸ਼ਨ ਮੇਰੇ ਹੱਥ ਨਹੀਂ ਲੱਗੀ ਹੈ, ਵੀ ਉਸ ਪਿੰਡ ਦੇ ਇਲੈਕਸ਼ਨ ਜੋ ਹੈ ਕੈਂਸਲ ਕਰ ਦਿੱਤੇ ਗਏ ਹਨ। ਜੇ ਮਾਨਯੋਗ ਇਲੈਕਸ਼ਨ ਕਮਿਸ਼ਨਰ ਉਸ ਪਿੰਡ ਦੇ ਇਲੈਕਸ਼ਨ ਕੈਂਸਲ ਕਰ ਸਕਦਾ ਹੈ ਤਾਂ ਇੱਥੇ ਜਿੱਥੇ ਸਿਰਫ 2 ਸਰਪੰਚੀ ਦੇ ਕੈਂਡੀਡੇਟ ਸੀਗੇ, ਇੱਕ ਨੂੰ ਕਾਗਜ਼ ਨਹੀਂ ਭਰਨ ਦਿੱਤੇ ਗਏ, ਵੀਡੀਓ ਅਵੇਲੇਬਲ ਹੈ ਤੇ ਦੂਜੇ ਬੰਦੇ ਦੇ ਧੱਕੇ ਨਾਲ ਕਾਗਜ਼ ਭਰਵਾਏ ਜਾ ਰਹੇ ਹਨ ਉਹਨੂੰ ਨਿਰਵਿਰੋਧ ਚੁਣਵਾਉਣ ਦੇ ਲਈ, ਤਾਂ ਇੱਥੇ ਵੀ ਇਲੈਕਸ਼ਨ ਜਾਂ ਤਾਂ ਕੈਂਸਲ ਕਰਨੇ ਚਾਹੁੰਦੇ ਹਨ। ਸਾਡੀ ਰਿਕੁਐਸਟ ਹੈ ਜਾਂ
ਕੁਲਦੀਪ ਸਿੰਘ ਜੀ ਨੂੰ ਵੀ ਕਾਗਜ਼ ਭਰਨ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ। ਹਾਈ ਕੋਰਟ 'ਚ ਤੁਸੀਂ ਪਹੁੰਚਦੇ ਹੋ, ਹਾਈ ਕੋਰਟ ਨੇ ਤਾਂ SHO ਨੂੰ ਦਿਸ਼ਾ ਨਿਰਦੇਸ਼ ਜਿਹੜੇ ਕਿ ਹਦਾਇਤਾਂ ਨੇ ਜਾਰੀ ਕੀਤੀਆਂ, ਕਿ ਇਲੈਕਸ਼ਨ ਕਮਿਸ਼ਨ ਕੋਲ ਜਾਣ ਕੇ ਜਿਹੜੇ ਕਿ ਰਾਜ ਚੋਣ ਕਮਿਸ਼ਨ ਹੈ ਉਹਦੇ ਕੋਲ ਪਹੁੰਚ ਕਰੋਗੇ ਇਸ ਚੀਜ਼ ਨੂੰ ਲੈ ਕੇ ਤੁਸੀਂ ਪਰਸਨਲ ਤੌਰ ਤੇ? ਬਿਲਕੁਲ ਜੀ, ਕੁਲਦੀਪ ਸਿੰਘ ਜੀ ਦਾ ਕਹਿਣਾ ਇਹ ਹੈ ਵੀ ਮੈਂ ਇਦੋਂ ਬਾਅਦ ਇਲੈਕਸ਼ਨ ਕਮਿਸ਼ਨ ਕੋਲ ਵੀ ਅਪਰੋਚ ਕਰੂੰਗਾ, ਕਿਉਂਕਿ ਅੱਜ ਛੁੱਟੀ ਹੈ, ਜੋ ਗਏ ਸੀ ਤਾਂ ਉੱਥੇ ਉਹਨਾਂ ਨੂੰ ਦਫ਼ਤਰ ਬੰਦ ਪਾਇਆ ਹੈਗਾ ਕਿ ਨਹੀਂ ਹੈਗਾ ਇਹ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ, ਬਟ ਕੁਲਦੀਪ ਸਿੰਘ ਜੀ ਦੇ ਦੱਸਣ ਮੁਤਾਬਕ ਉਹਨਾਂ ਨੂੰ ਜਾਨ ਮਾਲ ਦਾ ਵੀ ਖਤਰਾ ਹੈ, ਇਸ ਕਰਕੇ ਉਹਨਾਂ ਨੂੰ ਪ੍ਰੋਟੈਕਸ਼ਨ ਦੀ ਵੀ ਬੜੀ ਸਖ਼ਤ ਜ਼ਰੂਰਤ ਹੈ, ਕਿਉਂਕਿ ਵੀਡੀਓ ਜੋ ਵਾਇਰਲ ਹੋਈਆਂ ਹਨ ਉਹਨਾਂ ਦੇ ਵਿੱਚ ਸਾਫ਼ ਦਿਖਦਾ ਹੈ ਵੀ ਕੁਲਦੀਪ ਸਿੰਘ ਜੀ ਆਪਣੀ ਜਾਨ ਤੇ ਨੋਮੀਨੇਸ਼ਨ ਪੇਪਰ ਬਚਾਉਂਦੇ ਹੋਏ ਭੱਜ ਰਹੇ ਹਨ ਤੇ ਓਪੋਨੈਂਟ ਗਰੁੱਪ ਉਹਨਾਂ ਦੇ ਪਿੱਛੇ ਭੱਜ ਰਿਹਾ ਹੈ। ਸੋ ਮਨੀਸ਼ ਸਿੰਗਲਾ ਜਾਣਕਾਰੀ ਸਾਂਝੀ ਕਰ ਰਹੇ ਸੀ ਕਿਸ ਤਰੀਕੇ ਦੇ ਨਾਲ ਕਾਗਜ਼ ਜਿਹੜੇ ਉਮੀਦਵਾਰ ਦੇ ਪਾੜੇ ਜਾਂਦੇ ਨੇ, ਉਸ ਤੋਂ ਬਾਅਦ ਵੀ ਜਿਹੜਾ ਕਿ ਜਿਸ ਤਰੀਕੇ ਨਾਲ ਪ੍ਰਸ਼ਾਸਨਿਕ ਕਾਰਵਾਈ ਹੋਈ ਹੈ ਤੇ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਇਆ ਜਾਂਦਾ ਤੇ ਹਾਈ ਕੋਰਟ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਨੇ ਸਬੰਧਤ SHO ਨੂੰ ਕਿ ਉਹ ਹੁਣ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣ ਤੇ ਉਸ ਤੋਂ ਬਾਅਦ ਹੁਣ ਇਹ ਕਿਸ ਹਾਲਾਤ 'ਚ ਪੰਚਾਇਤੀ ਚੋਣਾਂ ਹੁੰਦੀਆਂ ਨੇ ਇਸ ਪਿੰਡ ਦੀਆਂ ਲੇਟ ਹੁੰਦੀਆਂ ਨੇ ਪੰਚਾਇਤੀ ਚੋਣਾਂ ਜਾਂ ਕਿਸ ਰੂਪ 'ਚ ਮੁਕੰਮਲ ਹੋਣਗੀਆਂ ਉਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਨਸਰ ਖਾਬ ਆਪਣੇ ਸਹਿਯੋਗੀ ਹਰਪਾਲ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।